ਬਠਿੰਡਾ ਪੁਲਿਸ ਨੇ ਸ਼ਹਿਰ ਵਿੱਚੋਂ ਦੋ ਨੌਜਵਾਨਾਂ ਨੂੰ 53,000 ਨਸ਼ੀਲੀਆਂ ਗੋਲੀਆਂ ਸਮੇਤ ਕਾਬੂ ਕਰ ਲਿਆ। ਦੋਸ਼ੀਆਂ ਕੋਲੋਂ ਕਰੀਬ 2 ਲੱਖ ਰੁਪਏ ਭਾਰਤੀ ਕਰੰਸੀ ਵੀ ਫੜੀ ਗਈ। ਬਠਿੰਡਾ ਵਿੱਚ SSP ਡਾਕਟਰ ਨਾਨਕ ਸਿੰਘ ਨੇ ਇੱਕ ਪ੍ਰੈਸ ਕਾਨਫਰੰਸ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਥਾਣਾ ਕੋਤਵਾਲੀ ਪੁਲਿਸ ਨਸ਼ੇ ਦੀ ਰੋਕਥਾਮ ਲਈ ਚਲਾਈ ਵਿਸ਼ੇਸ਼ ਮੁਹਿੰਮ ਦੌਰਾਨ ਬਠਿੰਡਾ ਦੇ ਪਰਸਾਮ ਨਗਰ ਨੂੰ ਜਾਣ ਵਾਲੇ ਅੰਡਰ ਬ੍ਰਿਜ ਕੋਲ ਨਾਕਾ ਲਾਇਆ ਹੋਇਆ ਸੀ। ਨਾਕੇ 'ਤੇ ਰੁਕੀ ਕਾਰ ਦੀ ਤਲਾਸ਼ੀ ਲੈਣ 'ਤੇ ਇਸ ਦੀ ਪਿਛਲੀ ਸੀਟ ਉੱਤੇ ਇੱਕ ਭਰਿਆ ਹੋਇਆ ਗੱਟਾ ਨਜ਼ਰ ਪਿਆ। ਜਦੋਂ ਇਸ ਗੱਟੇ ਨੂੰ ਖੋਲ੍ਹ ਕੇ ਦੇਖਿਆ ਤਾਂ ਉਸ ਵਿੱਚ 53,000 ਨਸ਼ੀਲੀਆਂ ਗੋਲੀਆਂ ਅਤੇ 1,90,000 ਰੁਪਏ ਦੇ ਨੋਟ ਬਰਾਮਦ ਹੋਏ। ਕਾਬੂ ਕੀਤੇ ਗਏ ਨਸ਼ਾ ਤਸਕਰਾਂ ਦੀ ਪਹਿਚਾਣ ਰਾਹੁਲ ਅਗਰਵਾਲ ਪੁੱਤਰ ਸਤੀਸ਼ ਕੁਮਾਰ ਵਾਸੀ ਬਠਿੰਡਾ ਅਤੇ ਜੈ ਕੁਮਾਰ ਵਾਸੀ ਜੈਤੋ ਦੇ ਤੌਰ 'ਤੇ ਹੋਈ। SSP ਨੇ ਦੱਸਿਆ ਕਿ ਪੁਲਿਸ ਨੇ NDPC ਕਾਨੂੰਨ ਤਹਿਤ ਦੋਸ਼ੀਆਂ ਵਿਰੁੱਧ ਮੁਕੱਦਮਾ ਦਰਜ ਕਰ ਲਿਆ। ਦੋਸ਼ੀਆਂ ਨੂੰ ਮਾਣਯੋਗ ਅਦਾਲਤ ਵਿੱਚ ਪੇਸ਼ ਕਰਕੇ ਹੋਰ ਪੁਲਿਸ ਰਿਮਾਂਡ ਹਾਸਲ ਕੀਤਾ ਜਾ ਰਿਹਾ ਹੈ ਤਾਂ ਜੋ ਉਹਨਾਂ ਤੋਂ ਸਪਲਾਈ ਰੂਟ ਤੇ ਸਪਲਾਇਰਾਂ ਬਾਰੇ ਪਤਾ ਲੱਗ ਸਕੇ। ਤੁਹਾਨੂੰ ਪਤਾ ਮਾਡਲ ਕੋਡ ਆਫ ਕੰਡਕਟ ਜਿਹੜਾ ਲੱਗਾ ਹੋਇਆ ਇਲੈਕਸ਼ਨ ਕਮਿਸ਼ਨ ਵੱਲੋਂ, ਉਹਦੀ ਇਨਫੋਰਸਮੈਂਟ ਲਈ ਇੰਟਰਸਟੇਟ ਨਾਕੇ ਵੀ ਚੱਲ ਰਹੇ ਤੇ ਸਿਟੀ ਵਿੱਚ ਵੀ ਨਾਕਾਬੰਦੀ ਕੀਤੀ ਜਾ ਰਹੀ ਹੈ। ਕੱਲ ਸਿਮਿਲਰ ਉਹਦੇ ਲੜੀ ਵਿੱਚ ਜਦ ਨਾਕਾਬੰਦੀ ਕੀਤੀ ਗਈ ਸੀ HSO ਕੋਤਵਾਲੀ ਵੱਲੋਂ, ਤੇ ਇੱਕ ਗੱਡੀ ETOS ਲੀਵਾ ਸੀ ਜਿਹਦੇ 'ਤੇ ਬਠਿੰਡਾ ਦਾ ਨੰਬਰ ਲੱਗਾ ਹੋਇਆ ਸੀ। ਉਹਨੂੰ ਜਦੋਂ ਚੈੱਕ ਕੀਤਾ ਗਿਆ, ਦੋ ਬੰਦੇ ਉਹਦੇ 'ਚੋਂ ਮਿਲੇ, ਰਾਹੁਲ ਅਗਰਵਾਲ ਐਂਡ ਸੁਰਿੰਦਰ ਕੁਮਾਰ। ਜਿਹੜਾ ਰਾਹੁਲ ਅਗਰਵਾਲ ਹੈ ਉਹ ਬਠਿੰਡਾ ਦਾ ਰਹਿਣ ਵਾਲਾ, ਫੋਟੋਗ੍ਰਾਫੀ ਦਾ ਕੰਮ ਕਰਦਾ, ਅਤੇ ਸੁਰਿੰਦਰ ਕੁਮਾਰ ਜੈਤੋ ਦਾ ਰਹਿਣ ਵਾਲਾ, ਉੱਥੇ ਬਾਲਾਜੀ ਮੈਡੀਕਲ ਹਾਲ ਹੈ ਇਹਦਾ। ਇਹਨਾਂ ਤੋਂ ਟੋਟਲ 53,000 ਟੈਬਲੇਟਸ ਰਿਕਵਰ ਹੋਈਆਂ, ਟ੍ਰੈਮਾਡੋਲ ਦੀਆਂ SRP ਦੀਆਂ, ਪਿਛਲੀ ਸੀਟ 'ਤੇ ਪਈਆਂ ਸੀ। ਅਤੇ ਇਨ ਐਡੀਸ਼ਨ 1,90,000 ਡਰੱਗ ਮਨੀ ਰਿਕਵਰ ਹੋਈ ਹੈ, ਜਿਹੜਾ ਕਿ ਇਹ ਸੁਰਿੰਦਰ ਕੁਮਾਰ ਲੈ ਕੇ ਆਇਆ ਸੀ, ਅਤੇ ਉਹਨੇ ਇਹ ਗੋਲੀਆਂ ਰਾਹੁਲ ਅਗਰਵਾਲ ਤੋਂ ਇਨ ਲਿਊ ਆਫ 1,90,000 ਖਰੀਦੀਆਂ ਸੀ। ਇਹਨਾਂ ਦੋਵਾਂ 'ਤੇ FIR ਨੰਬਰ 44 ਦਰਜ ਕਰ ਦਿੱਤੀ ਗਈ ਹੈ ਕੋਤਵਾਲੀ ਥਾਣੇ ਦੀ। ਇਹਨਾਂ ਜਿਹੜਾ ਪ੍ਰੀਵੀਅਸ ਰਿਕਾਰਡ ਹੈ ਦੋਨਾਂ ਦਾ ਕਲੀਨ ਹੈ, ਕੋਈ FIR ਨਹੀਂ ਦਰਜ। ਬਟ ਜਿਹੜਾ ਇਹ ਰਾਹੁਲ ਅਗਰਵਾਲ ਹੈ, ਇਹ BTECH ਹੈ, ਸੁਰਿੰਦਰ ਕੁਮਾਰ 10 ਪਾਸ। ਬਠਿੰਡਾ ਤੋਂ ਯਸ਼ਪਾਲ ਦੀ ਰਿਪੋਰਟ।